ਚੁੱਕਦਾ, ਤੁਹਾਨੂੰ ਪਤਾ ਹੀ ਹੈ CBI, ED, ਜੇ ਉਹ ਸਾਰੀਆਂ ਹੀ ਜਿਹੜੀਆਂ ਏਜੰਸੀਆਂ ਨੇ ਆਉਣ ਆਣ ਕੇ ਲੀਡਰਾਂ ਨੂੰ ਦੱਬ ਲੈਂਦੀਆਂ ਨੇ, ਤਾਂ ਜਿਹੜੇ ਤਗੜੇ ਨੇ ਉਹ ਨਹੀਂ ਡਰਦੇ। ਮੇਰੇ ਖਿਆਲ ਅਜੇ ਤੱਕ ਨਾ ਕਾਂਗਰਸੀ ਡਰਿਆ ਅਤੇ ਨਾ ਕੋਈ ਆਪੋਜੀਸ਼ਨ ਪਾਰਟੀ ਵਾਲਾ, ਅਜੇ ਇਹਨਾਂ ਚੀਜ਼ਾਂ ਤੋਂ ਕੋਈ ਨਹੀਂ ਡਰ ਰਿਹਾ। ਸੀਟਾਂ ਦੇ ਉੱਪਰ ਜਿਹੜੀ ਪਾਰਟੀ ਦਾ ਵੰਡ ਹੋ ਸਕਦੀ ਆਮ ਆਦਮੀ ਪਾਰਟੀ, ਪੰਜਾਬ ਦੀ ਲੀਡਰਸ਼ਿਪ ਇਹਨੂੰ ਕੌਨਫੀਡੈਂਸ ਵਿੱਚ ਲੈ ਕੇ ਹੀ ਕੋਈ ਡਿਸੀਜਨ ਹੋਣਾ, ਕਿਸੇ ਇਕੱਲੇ ਦਾ ਕੋਈ ਡਿਸੀਜਨ। ਤੁਹਾਡਾ ਦਿਲ ਕੀ ਕਹਿੰਦਾ? ਮੇਰਾ ਜੋ ਕਰਦਾ ਪਤਾ ਹੀ ਸਾਰਿਆਂ ਨੂੰ। ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਕਾਂਗਰਸ ਭਵਨ 'ਚ ਮੌਜੂਦ ਹੈਗੇ ਆ, ਜਿੱਥੇ ਕਿ ਅੱਜ ਕਾਂਗਰਸ ਦੀ ਅਹਿਮ ਮੀਟਿੰਗ ਚੱਲ ਰਹੀ ਹੈ, ਜਿੱਥੇ ਕਿ ਕਾਂਗਰਸ ਦੇ ਪ੍ਰਭਾਰੀ ਅਤੇ ਤਮਾਮ ਲੀਡਰ ਮੌਜੂਦ ਹੈਗੇ ਨੇ। ਉੱਥੇ ਸਾਡੇ ਨਾਲ ਸੁਖਜਿੰਦਰ ਰੰਧਾਵਾ ਜੀ ਹੈਗੇ ਨੇ। ਸੁਖਜਿੰਦਰ ਰੰਧਾਵਾ ਜੀ, ਸਭ ਤੋਂ ਪਹਿਲਾਂ ਤਾਂ ਅੱਜ ਮੀਟਿੰਗ ਚੱਲ ਰਹੀ ਹੈ ਅਤੇ ਮੀਟਿੰਗ ਦੇ ਵਿੱਚ ਕੌਣ ਕੌਣ ਮੌਜੂਦ ਹੈਗੇ? ਨਹੀਂ, ਸਾਰੇ ਜਿਹੜੇ ਹੈਗੇ ਸੀ ਸੀਨੀਅਰ ਲੀਡਰਸ਼ਿਪ ਤਕਰੀਬਨ ਮੌਜੂਦ ਹੈ। ਜਿਹੜੇ ਮੈਂਬਰ ਨੇ ਉਹਨਾਂ 'ਚੋਂ ਸਾਰੇ ਸੀਨੀਅਰ, ਜਿਹੜੇ ਪੁਰਾਣੇ ਕਾਂਗਰਸੀ, ਟ੍ਰੈਡੀਸ਼ਨਲ ਕਾਂਗਰਸੀ ਸਾਬਕਾ ਪ੍ਰਧਾਨ, ਉਹ ਸਾਰੇ ਮੀਟਿੰਗ 'ਚ ਨੇ। ਮੀਟਿੰਗ 'ਚ ਕਿਹੜੀਆਂ ਕਿਹੜੀਆਂ ਜਿਹੜੀਆਂ ਹੁਣ ਪੰਜਾਬ 2024 ਹੈਗਾ, ਇਹਦੇ ਬਾਰੇ ਤਾਂ ਆਪਾਂ ਡਿਸਕਲੋਜ਼ ਨਹੀਂ ਕਰਾਂਗੇ, ਕਿਉਂਕਿ ਮੈਂ ਵੀ ਹੁਣ ਵੈਸੇ ਹੀ ਬਾਹਰ ਆਇਆ ਸੀ ਮੀਟਿੰਗ 'ਚੋਂ, ਤਾਂ ਇਹਦੇ ਬਾਰੇ ਤਾਂ ਡਿਸਕਲੋਜ਼ ਨਹੀਂ ਕਰਾਂਗੇ। ਇਹਦੇ ਬਾਰੇ ਸਾਡੇ ਜਿਹੜੇ ਇੰਚਾਰਜ ਨੇ ਦਵਿੰਦਰ ਯਾਦਵ ਜੀ, ਉਹੀ ਤੁਹਾਨੂੰ ਇਹਦੇ ਬਾਰੇ ਕਲੀਅਰ ਕਰਨਗੇ। ਕੀ ਹੁਣ ਇੱਕ ਚੀਜ਼ ਦੇਖਣ ਜ਼ਰੂਰ ਮਿਲੀ ਹੈ ਕਿ ਤਮਾਮ ਜਿਹੜੀ ਕਾਂਗਰਸ ਪਾਰਟੀ ਦੇ ਪੁਰਾਣੇ ਚਾਹੇ ਲੀਡਰ ਨੇ ਚਾਹੇ ਨਵੇਂ ਹੈਗੇ, ਜ਼ਰੂਰ ਇਕੱਠੇ ਹੈਗੇ ਨੇ, ਪਰ ਉੱਥੇ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਅੱਜ ਵੀ ਜਿਹੜੀ ਰੈਲੀ ਕਰ ਰਹੇ ਨੇ। ਦੇਖੋ, ਉਹਦੇ ਬਾਰੇ ਉਹ ਦੇਣਗੇ ਜਵਾਬ, ਜਿਹੜੇ ਇੰਚਾਰਜ ਨੇ ਉਹਨਾਂ ਨੂੰ ਦੱਸਿਆ ਹੋਏਗਾ, ਨਹੀਂ ਦੱਸਿਆ ਹੋਏਗਾ। ਹੁਣ ਜਿਵੇਂ ਰਾਜਸਥਾਨ 'ਚ ਕੋਈ ਮੀਟਿੰਗ 'ਚ ਨਹੀਂ ਆਉਂਦਾ, ਉਹਦੇ ਬਾਰੇ ਮੈਨੂੰ ਟੈਲੀਫੋਨ ਕਰ ਦਿੰਦੇ, ਅਸੀਂ ਕਿਉਂ ਨਹੀਂ ਆਉਂਦੇ, ਇਹਦੇ ਬਾਰੇ ਉਹ ਹੀ ਜਵਾਬ ਦੇ ਸਕਦੇ ਨੇ। ਮਤਲਬ ਵੈਸੇ ਉਹਨਾਂ ਨੂੰ ਇਹ ਰੈਲੀਆਂ ਕਰਨੀਆਂ ਚਾਹੀਦੀਆਂ ਨੇ ਵੈਸੇ ਤੁਹਾਡੇ? ਨਹੀਂ, ਇਹ ਤਾਂ ਇਹਨਾਂ ਨੂੰ PCC ਪ੍ਰੈਜੀਡੈਂਟ ਨੂੰ ਔਰ ਇੰਚਾਰਜ ਨੂੰ ਦੇਖਣਾ ਪਏਗਾ। ਜੇ ਮੈਂ ਉੱਥੋਂ ਦਾ ਰਾਜਸਥਾਨ ਦਾ, ਉੱਥੇ ਮੈਨੂੰ ਦੇਖਣਾ ਹੁੰਦਾ ਉਹਦੇ 'ਚ, ਇਹ ਤਾਂ ਹੁਣ ਜਿਹੜੇ ਇੰਚਾਰਜ ਨੇ ਜਾਂ PCC ਪ੍ਰੈਜੀਡੈਂਟ ਆ ਉਹਨਾਂ ਨੂੰ ਦੇਖਣਾ ਹੋਏਗਾ। ਅਸੀਂ ਗੱਲ ਕਰੀਏ ਤਾਂ ਰਾਹੁਲ ਗਾਂਧੀ ਵੱਲੋਂ ਫਿਰ ਜਿਹੜੀ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ, ਇੱਕ ਪਾਸੇ ਮਤਲਬ ਇੰਡੀਆ ਅਲਾਇੰਸ ਦੀ ਗੱਲ ਹੋ ਰਹੀ ਹੈ ਉੱਥੇ, ਅਤੇ ਇਹ ਯਾਤਰਾ ਕਿੰਨੀ ਕੁ ਜਿਹੜੀ ਸਫ਼ਰ ਹੈ ਨਾਲ, ਕਿਉਂਕਿ ਪਹਿਲੀ ਜਿਹੜੀ ਯਾਤਰਾ ਹੋਈ ਹੈ ਪੂਰੀ ਸਕਸੈਸਫੁਲ ਸੀਗੀ, ਔਰ ਇਹ ਵੀ ਯਾਤਰਾ ਜਿਹੜੀ ਆ ਉਹ ਜਿਹੜੀਆਂ ਸਟੇਟਾਂ 'ਚੋਂ ਆ ਰਹੀ ਹੈ, ਮਣੀਪੁਰ ਤੋਂ ਸਟਾਰਟ ਹੋ ਕੇ ਇਹ ਯਾਤਰਾ ਸਕਸੈਸਫੁਲ ਹੋਏਗੀ। ਇਹਨੂੰ ਯਾਤਰਾ ਨਹੀਂ, ਇਹਨੂੰ ਨਿਆਂ ਯਾਤਰਾ, ਕਿ ਵੇਖੋ 140 ਬੰਦੇ ਪਾਰਲੀਮੈਂਟ 'ਚੋਂ ਸਸਪੈਂਡ ਕਰਕੇ ਅਤੇ ਕਾਨੂੰਨ ਪਾਸ ਕਰ ਦੇਣੇ ਬਿਨਾਂ ਕਿਸੇ ਡਿਸਕਸ਼ਨ ਤੋਂ ਕਰ ਦੇਣੇ, ਅਤੇ ਨਿਆਂ ਕਿੱਥੋਂ ਮਿਲੇਗਾ? ਉਹਦੇ ਲਈ ਕੀਤਾ ਕਿ ਜਿਹੜੀ ਪਾਰਲੀਮੈਂਟ ਜਿਹੜੀ ਆ ਲੋਕਾਂ ਦੀ ਨੁਮਾਇੰਦਾ ਪਾਰਟੀਆਂ ਨੇ, ਉਹਨਾਂ ਨੂੰ ਤੁਸੀਂ ਬਾਹਰ ਕੱਢ ਦਿਓ, ਮਜੋਰਿਟੀ ਤੁਹਾਡੇ ਕੋਲ ਹੈ, ਫਿਰ ਵੀ ਤੁਹਾਡੇ 'ਚ ਜ਼ਰੂਰਤ ਨਹੀਂ ਕਿ ਤੁਸੀਂ ਉਹਨਾਂ 'ਤੇ ਡਿਸਕਸ਼ਨ ਕਰ ਸਕੋ, ਤਾਂ ਇਹ ਤਾਂ ਡੈਮੋਕ੍ਰੇਸੀ ਖਤਮ ਕਰਨ ਵਾਲੀ ਗੱਲ ਆ। ਇੱਦਾਂ ਫਿਰ ਹੁਣ ਤੁਸੀਂ ਲੀਡਰ ਹੈਗੇ, ਲੀਡਰ ਦੀ ਇੱਕ ਵੱਡਾ ਪੰਜਾਬ ਦੀ ਆਵਾਜ਼, ਕਿਸੇ ਵੀ ਸਟੇਟ ਦੀ ਆਵਾਜ਼ ਪਹੁੰਚਾਉਂਦੇ, ਤਾਂ ਇਸ ਤਰੀਕੇ ਦੇ ਨਾਲ ਤਾਂ ਜਿਹੜੀਆਂ ਸਟੇਟ ਦੀਆਂ ਆਵਾਜ਼ ਜਿਹੜੀ ਦੱਬ ਜਾਂਦੀ, ਜਿਹੜੇ ਕਈ ਮੁੱਦੇ ਆਵਾਜ਼ ਜਿਹੜਾ ਕੋਈ ਚੁੱਕਦਾ, ਤੁਹਾਨੂੰ ਪਤਾ ਹੀ ਹੈ CBI, ED, ਜੇ ਉਹ ਸਾਰੀਆਂ ਹੀ ਜਿਹੜੀਆਂ ਏਜੰਸੀਆਂ ਨੇ ਆਉਣ ਆਣ ਕੇ ਲੀਡਰਾਂ ਨੂੰ ਦੱਬ ਲੈਂਦੀਆਂ ਨੇ, ਤਾਂ ਜਿਹੜੇ ਤਗੜੇ ਨੇ ਉਹ ਨਹੀਂ ਡਰਦੇ। ਮੇਰੇ ਖਿਆਲ ਅਜੇ ਤੱਕ ਨਾ ਕਾਂਗਰਸੀ ਡਰਿਆ ਅਤੇ ਨਾ ਕੋਈ ਆਪੋਜੀਸ਼ਨ ਪਾਰਟੀ ਵਾਲਾ, ਅਜੇ ਇਹਨਾਂ ਚੀਜ਼ਾਂ ਤੋਂ ਕੋਈ ਨਹੀਂ ਡਰ ਰਿਹਾ। ਪੰਜਾਬ 'ਚ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ ਵੀ ਕਾਫੀ ਸਟੇਜਾਂ 'ਤੇ ਬੋਲੇ ਹੋ, ਲੱਗਦਾ ਹੈ ਪੰਜਾਬ ਦੀ ਜਿਹੜੀਆਂ ਸੀਟਾਂ ਦੇ ਉੱਪਰ ਜਿਹੜੀ ਪਾਰਟੀ ਦਾ ਵੰਡ ਹੋ ਸਕਦੀ ਆਮ ਆਦਮੀ ਪਾਰਟੀ? ਵੇਖੋ, ਹਾਈ ਕਮਾਂਡ ਨੇ ਸਾਰੇ ਜਿਹੜੀ ਪੰਜਾਬ ਦੀ ਲੀਡਰਸ਼ਿਪ ਇਹਨੂੰ ਕੌਨਫੀਡੈਂਸ ਵਿੱਚ ਲੈ ਕੇ ਹੀ ਕੋਈ ਡਿਸੀਜਨ ਹੋਣਾ, ਕਿਸੇ ਇਕੱਲੇ ਦਾ ਕੋਈ ਡਿਸੀਜਨ। ਤੁਹਾਡਾ ਦਿਲ ਕੀ ਕਹਿੰਦਾ ਵੈਸੇ? ਮੇਰਾ ਜੋ ਕਰਦਾ ਪਤਾ ਹੀ ਸਾਰਿਆਂ ਨੂੰ। ਸੋ ਇਹ ਸੀ ਸਾਡੇ ਨਾਲ ਸੁਖਜਿੰਦਰ ਰੰਧਾਵਾ। ਜ਼ਿਆਦਾ ਕੁਛ ਨਹੀਂ ਬੋਲਣਾ ਚਾਹੁੰਦੇ, ਕਿਉਂਕਿ ਮੀਟਿੰਗ ਚੱਲ ਰਹੀ ਹੈ, ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਕਿ ਜਿਹੜਾ ਡਿਸਿਪਲਿਨ ਹੈਗਾ ਉਹ ਬਣਾਉਣਾ ਬਹੁਤ ਜ਼ਰੂਰੀ ਹੈਗਾ ਇਸ ਸਮੇਂ, ਕਿਉਂਕਿ 2024 ਦੀ ਜਿਹੜੀ ਚੋਣਾਂ ਹੈਗੀਆਂ ਨੇ ਉਹ ਵੀ ਜ਼ਿਆਦਾ ਦੂਰ ਨਹੀਂ ਹੈਗੀਆਂ। ਜੇਕਰ ਅਜਿਹਾ ਕੋਈ ਅਸੀਂ ਸ਼ਬਦ ਬੋਲਦੇ ਹਾਂ ਜਾਂ ਅਜਿਹਾ ਕੋਈ ਪਾਰਟੀ ਦੇ ਖਿਲਾਫ ਬੋਲਦੇ ਹਾਂ, ਤਾਂ ਜਿਸ ਦੇ ਨਾਲ ਪਾਰਟੀ ਦਾ ਨੁਕਸਾਨ ਹੋ ਸਕਦਾ ਹੈ। ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਕੁਛ ਜ਼ਿਆਦਾ ਨਹੀਂ ਬੋਲਦੇ ਹੋਏ ਦਿਖਾਈ ਦਿੱਤੇ। ਕੈਮਰਾ ਪਰਸਨ ਅਭਿਸ਼ੇਕ ਦੇ ਨਾਲ ਸੰਦੀਪ ਕੰਬੋਜ, ਚੰਡੀਗੜ੍ਹ ਤੋਂ।